ਜੀ 35x22। 35x22 ਦੀ ਮੈਂ ਇੱਕ ਖਾਸੀਅਤ ਵੀ ਦੱਸ ਦਿੰਦਾ ਤੁਹਾਨੂੰ। 2002 ਮਾਡਲ, 1,45,000 ਰੁਪਇਆ ਡਿਮਾਂਡ ਹੈ। ਅਤੇ ਜੇ ਮੈਂ ਇਹਦੀ ਗੱਲ ਕਰਾਂ ਖਾਸੀਅਤ, ਉਹ ਥੋੜ੍ਹੇ ਇੱਧਰ ਆ ਕੇ ਦੱਸ ਦੇਦਾ। ਇਹ ਨਾ ਜਮਾਂਦਰੂ ਹੀ ਡਬਲ ਡਿਸਟ੍ਰੀਬਿਊਟਰ ਆਏ ਨੇ, ਜਮਾਂਦਰੂ ਹੀ ਸਾਰੇ ਡਬਲ ਡਿਸਟ੍ਰੀਬਿਊਟਰ ਆਏ ਨੇ। ਇਹਨੂੰ ਆ ਕਿੱਲੀ ਨੂੰ ਮਰੋੜ ਦਿਉ, ਡਬਲ ਡਿਸਟ੍ਰੀਬਿਊਟਰ ਦਾ ਕੰਮ ਕਰੇਗਾ, ਠੀਕ ਹੈ ਜੀ। ਹੋਰ ਖਾਸੀਅਤਾਂ ਵੀ ਨੇ ਕਾਫੀ ਇਹਦੇ ਵਿੱਚ। ਜੇ ਮੈਂ ਗੱਲ ਕਰਾਂ ਖਾਸੀਅਤ ਦੀ, ਇਹ 35x22 ਮੰਨ ਲਾ HMT ਦੀ ਸਾਰੀ ਸੀਰੀਜ਼ ਦੇ ਵਿੱਚ ਹੀ ਐਵੇਂ ਆ, ਡਬਲ ਡਿਸਟ੍ਰੀਬਿਊਟਰ ਇਸੇ ਤਰੀਕੇ ਨਾਲ। ਬਾਕੀ ਸਰਪੰਚ ਮਾਡਲ ਮਹਿੰਦਰਾ 575 DI, 5 ਮਾਡਲ, 1,65,000 ਰੁਪਇਆ ਸਾਰੀ ਡਿਮਾਂਡ। ਅਗਲੇ ਟਾਇਰ ਨਵੇਂ ਮਿਲ ਰਹੇ ਨੇ, ਸਿੰਪਲ ਸਟੀਅਰਿੰਗ ਹੈ, ਬਾਕੀ ਟੱਚਿੰਗ ਫਚਿੰਗ ਹੋਈ ਹੈ, ਸਾਰਾ ਕੁਛ ਹੋਇਆ ਟਰੈਕਟਰ ਨੂੰ, ਠੀਕ ਹੈ। ਅਤੇ ਇਸ ਤੋਂ ਬਾਅਦ 50x50E ਆਉਂਦਾ ਜੋਨ ਡੀਅਰ ਦੇ। ਇੰਨੇ ਕੁ ਮਾਡਲ ਨੇ, ਮੈਂ ਕਹਿ ਨਹੀਂ ਸਕਦਾ ਕਿੰਨੇ ਕੁ ਆਏ ਨੇ ਕਿੰਨੇ ਕੁ ਨਹੀਂ ਆਏ, ਠੀਕ ਹੈ। ਜੋਨ ਡੀਅਰ ਦਾ ਕੋਈ ਮੁਕਾਬਲਾ ਵੀ ਨਹੀਂ ਗਾ 3 ਸਿਲੰਡਰ 'ਚ। ਵੈਸੇ ਬਾਹਰਲਾ ਡੱਡੂ ਕਹਿੰਦੇ ਨੇ ਇਹਨੂੰ, ਠੀਕ ਹੈ, ਹਰਾ ਡੱਡੂ ਕਹਿ ਦਿੰਦੇ ਨੇ ਜਾਂ ਬਈ ਲੋਕੀ ਕਮੈਂਟਾਂ ਦੇ ਵਿੱਚ। ਅਤੇ ਅੱਜ ਦੀ ਵੀਡੀਓ ਰਹਿਣ ਵਾਲੀ ਹੈ ਜੀ ਫਤਿਆਂਬਾਦ ਹਰਿਆਣਾ ਟਰੈਕਟਰ ਮੰਡੀ ਦੇ ਅੰਦਰ, ਠੀਕ ਹੈ। ਵੀਡੀਓ ਕਰਦੇ ਹਾਂ ਸ਼ੁਰੂ ਇਸੇ ਦੇ ਨਾਲ। ਤਾਂ ਹੁਣ ਆਪਾਂ ਚਲੋ ਤੁਹਾਨੂੰ ਦੱਸਦੇ ਹਾਂ ਵੀ ਟਰੈਕਟਰ ਕਿਹੋ ਜਿਹਾ ਹੈ, ਕਿਹੜੀ ਕੰਡੀਸ਼ਨ ਦੇ ਆਏ। ਕਰਦੇ ਹਾਂ ਗੱਲਬਾਤ ਟਰੈਕਟਰਾਂ ਦੇ ਉੱਤੇ। 16 ਮਾਡਲ, 4,55,000 ਰੁਪਇਆ, 744 ਦੀ ਡਿਮਾਂਡ ਹੈ। ਬਾਕੀ ਜਿਹੜਾ ਰੇਟ ਹੁੰਦਾ ਕਦੇ ਫਿਕਸ ਨਹੀਂ ਹੁੰਦਾ। ਪਾਵਰ ਸਟੀਅਰਿੰਗ ਦੇ ਅੰਦਰ ਟਰੈਕਟਰ, ਸੈਂਟਰ ਗੇਅਰ ਦੇ ਨਾਲ, ਡਬਲ ਡਿਸਟ੍ਰੀਬਿਊਟਰ ਹੈ, ਤੇਲ ਬ੍ਰੇਕ ਹੈ ਜੀ, ਠੀਕ ਹੈ। ਅਤੇ ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਪ੍ਰੀਤ 45x50, ਅਗਲੇ ਬੰਨੇ ਆਹ ਕੀ ਲੱਗਾ, ਵੇਟ ਲੱਗੇ ਛੋਟੇ ਜਿਹੇ, ਠੀਕ ਹੈ, ਡਿਜ਼ਾਈਨ ਵਾਸਤੇ। 11 ਮਾਡਲ, 2,65,000 ਰੁਪਇਆ ਡਿਮਾਂਡ ਹੈ। ਇਹ ਹੈਗਾ ਜੀ ਸਿੰਪਲ ਸਟੀਅਰਿੰਗ ਹੈ, ਕੰਡੀਸ਼ਨ ਤੁਸੀਂ ਦੇਖ ਸਕਦੇ, ਟਾਇਰ ਟੂਰ ਬਿਲਕੁਲ ਓਕੇ ਆ, ਟਾਇਰਾਂ ਦੀ ਕੋਈ ਕਮੀ ਨਹੀਂ। ਆਹ ਆ ਗਿਆ ਜੀ 35x22। 35x22 ਦੀ ਮੈਂ ਇੱਕ ਖਾਸੀਅਤ ਵੀ ਦੱਸ ਦਿੰਦਾ ਤੁਹਾਨੂੰ। 2002 ਮਾਡਲ, 1,45,000 ਰੁਪਇਆ ਡਿਮਾਂਡ ਹੈ। ਅਤੇ ਜੇ ਮੈਂ ਇਹਦੀ ਗੱਲ ਕਰਾਂ ਖਾਸੀਅਤ, ਉਹ ਥੋੜ੍ਹੇ ਇੱਧਰ ਆ ਕੇ ਦੱਸ ਦੇਦਾ। ਇਹ ਨਾ ਜਮਾਂਦਰੂ ਹੀ ਡਬਲ ਡਿਸਟ੍ਰੀਬਿਊਟਰ ਆਏ ਨੇ, ਜਮਾਂਦਰੂ ਹੀ ਸਾਰੇ ਡਬਲ ਡਿਸਟ੍ਰੀਬਿਊਟਰ ਆਏ ਨੇ। ਇਹਨੂੰ ਆ ਕਿੱਲੀ ਨੂੰ ਮਰੋੜ ਦਿਉ, ਡਬਲ ਡਿਸਟ੍ਰੀਬਿਊਟਰ ਦਾ ਕੰਮ ਕਰੇਗਾ, ਠੀਕ ਹੈ ਜੀ। ਹੋਰ ਖਾਸੀਅਤਾਂ ਵੀ ਨੇ ਕਾਫੀ ਇਹਦੇ ਵਿੱਚ। ਜੇ ਮੈਂ ਗੱਲ ਕਰਾਂ ਖਾਸੀਅਤ ਦੀ, ਇਹ 35x22 ਮੰਨ ਲਾ HMT ਦੀ ਸਾਰੀ ਸੀਰੀਜ਼ ਦੇ ਵਿੱਚ ਹੀ ਐਵੇਂ ਆ, ਡਬਲ ਡਿਸਟ੍ਰੀਬਿਊਟਰ ਇਸੇ ਤਰੀਕੇ ਨਾਲ, ਬਾਕੀ ਜਿਸ ਤੱਕ ਮੈਂ ਵੇਖਿਆ। ਉਸ ਤੋਂ ਬਾਅਦ ਆ ਗਏ ਫਾਰਮ ਟਰੈਕ ਚੈਂਪੀਅਨ, ਇਹਦੀ ਜੇ ਮੈਂ ਗੱਲ ਕਰਾਂ 11 ਮਾਡਲ, 3,15,000 ਰੁਪਏ ਡਿਮਾਂਡ ਹੈ। ਮਹਿੰਦਰਾ DI ਦੀ ਬਹੁਤ ਡਿਮਾਂਡ ਰਹਿੰਦੀ ਆ ਛੋਟੇ ਜਿਮੀਦਾਰਾਂ ਦੀ, ਠੀਕ ਹੈ ਜੀ। ਹਰਿਆਣੇ ਦੇ ਅੰਦਰ ਮਾਡਲ ਹੈਗਾ, ਨੰਬਰ ਹੈਗਾ ਜੀ, ਇਹ ਮੈਂ ਗੱਲ ਕਰਾਂ ਨੰਬਰ ਨਹੀਂ ਲਿਖਿਆ, ਮਾਡਲ ਹੈਗਾ 2000। 1,60,000 ਰੁਪਇਆ ਡਿਮਾਂਡ ਆ, ਬਾਕੀ ਮੌਕੇ 'ਤੇ ਡਿਸਕਾਊਂਟ ਵਗੈਰਾ ਹੋ ਜਾਂਦਾ। ਓਰੀਜਨਲ ਪਿਆ ਸ਼ੋ ਸ਼ੂ ਦਾ, ਠੀਕ ਹੈ, ਜਿੰਨਾ ਵੀ ਰੰਗ ਪੇਂਟ ਆ ਉਹਦੀ ਗੱਲ ਕੀਤੀ ਗਈ ਹੈ। ਅਤੇ ਬਾਕੀ ਜਦੋਂ ਤੁਸੀਂ ਆਓਗੇ ਵਾਹ ਕੇ ਚੈੱਕ ਚੁੱਕ ਕਰੋ ਇਹਨੂੰ, ਟਰੈਕਟਰ ਨੂੰ, ਫਿਰ ਬਾਕੀ ਪਤਾ ਲੱਗਦਾ ਚੱਲੇ ਤੋਂ ਬਾਅਦ। ਅਗਲੇ ਬੰਨੇ 41 HP 'ਚ ਪਾਵਰ ਟਰੈਕ, 439+ ਸਾਲਾ ਆ ਗਿਆ। ਜੇ ਮੈਂ ਇਹਦੇ ਇਸ ਟਰੈਕਟਰ ਦੀ ਗੱਲ ਕਰਾਂ, 18 ਮਾਡਲ, 4,10,000 ਰੁਪਇਆ ਡਿਮਾਂਡ ਹੈ, ਠੀਕ ਹੈ ਜੀ। ਕੰਡੀਸ਼ਨ ਤੁਸੀਂ ਦੇਖ ਸਕਦੇ ਜੇ ਟਰੈਕਟਰ ਦੀ, ਪਲੱਸ ਵਾਲਾ ਮਾਡਲ, ਐਕਸਟਰਾ ਪਾਵਰ। ਅਤੇ ਇਹਦੀ ਮੈਂ ਗੱਲ ਕਰਾਂ ਓਇਲ ਇੰਪ੍ਰੈਸਡ ਬ੍ਰੇਕ ਡਬਲ ਕਲੱਚ ਦੇ ਨਾਲ, ਨਿਊ ਹੋਲੈਂਡ 3602 ਵਾਲਾ ਆਲਰਾਊਂਡਰ। ਆਲਰਾਊਂਡਰ ਦੀ ਮੈਂ ਗੱਲ ਕਰਾਂ ਇਸ ਟਰੈਕਟਰ ਦੀ, 21 ਮਾਡਲ, 5,90,000 ਰੁਪਏ ਡਿਮਾਂਡ ਹੈ। 744 XT ਦੀ ਗੱਲ ਕਰਾਂ, 4-star ਰਿਵਰਸ PTO, 21 ਮਾਡਲ, 5,95,000। 5,95,000 ਆਹ ਟਰੈਕਟਰ ਦੀ ਡਿਮਾਂਡ ਹੈ, 5,90,000 ਆਹ ਟਰੈਕਟਰ ਦੀ ਡਿਮਾਂਡ ਹੈ। ਦੋਨੇ ਹੀ 21 ਮਾਡਲ ਟਰੈਕਟਰ ਨੇ, ਮਿਲ ਕੀ ਰਿਹਾ ਤੁਹਾਨੂੰ, ਇੱਧਰ ਸਵਰਾਜ, ਇੱਧਰ ਨਿਊ ਹੋਲੈਂਡ। ਇਹ ਆਲਰਾਊਂਡਰ ਹੈ, ਹਾਈਲੋ ਮੀਡੀਅਮ ਆ ਗਿਆ, ਇਹ ਫੰਕਸ਼ਨ ਮਿਲੇ। ਇੱਧਰ ਹਾਈਲੋ ਦਾ ਸੈਂਟਰ ਗੇਅਰ ਆ ਗਿਆ, ਆਹ ਸਾਈਡ ਗੇਅਰ ਆ ਗਿਆ, ਇੱਧਰ ਡਬਲ ਡਿਸਟ੍ਰੀਬਿਊਟਰ ਆ ਗਿਆ। ਇਸ ਤੋਂ ਇਲਾਵਾ ਇਹ ਵੀ ਡਬਲ ਡਿਸਟ੍ਰੀਬਿਊਟਰ ਆ ਗਿਆ, ਇਹਦੇ ਜੈੱਕ ਨਹੀਂ ਲੱਗਾ, ਜੈੱਕ ਨਹੀਂ ਲੱਗਾ ਗਾ ਉਹਦੇ ਵੀ। ਆਈ
ਕਲੱਚ ਇੱਥੇ ਆ ਗਿਆ, ਠੀਕ ਹੈ, ਆਈ ਪੀ ਟੀ ਓ ਦਾ ਹਾਈ ਲੋ ਮੀਡੀਅਮ ਆ, ਇਹਦੇ ਵਿੱਚ ਸਪੀਡ ਵਾਧੂ ਮਿਲ ਰਹੀ ਹੈ, ਠੀਕ ਹੈ ਜੀ, ਇਸ ਸੈਕਟਰ 'ਚ। ਟਾਇਰਾਂ ਦੀ ਗੱਲ ਕਰਾਂ, ਟਾਇਰ ਉਹਨਾਂ ਦੇ ਸਿਮੀਲਰ 'ਚ ਨੇ, ਕੋਈ ਜ਼ਿਆਦਾ ਘਸੇ ਨਹੀਂ ਗੇ। ਪਾਵਰ ਸਟੀਅਰਿੰਗ ਦੋਨੇ ਹੀ ਟਰੈਕਟਰ ਨੇ, ਠੀਕ ਹੈ ਜੀ, ਹਰਿਆਣਾ ਨੰਬਰ ਦੋਨੇ ਟਰੈਕਟਰ ਨੇ। ਥੋੜ੍ਹਾ ਜਿਹਾ ਕੰਪੈਰੀਜ਼ਨ ਕਰਕੇ ਦੱਸਿਆ, ਐਚ ਪੀ 'ਚ ਫਰਕ ਹੈ, 50 ਐਚ ਪੀ ਆ, ਇਹ ਵੀ ਮੰਨ ਲਓ 50 ਦੇ ਲਗਭਗ ਹੀ ਹੋ ਜਾਂਦਾ, ਥੋੜ੍ਹਾ ਹੀ ਘੱਟ ਹੈ। 50 ਐਚ ਪੀ ਰਿਵਰਸ ਪੀ ਟੀ ਓ ਹੈ, ਇਹ ਵੀ ਰਿਵਰਸ ਪੀ ਟੀ ਓ ਹੈ। ਬਸ ਹੁਣ ਕੰਪਨੀਆਂ ਦਾ ਡਿਫਰੈਂਸ ਰਹਿ ਗਿਆ ਸਵਾਲ। 855 ਰਿਵਰਸ ਪੀ ਟੀ ਓ, ਇਹਦੀ ਗੱਲ ਕਰਾਂ 15 ਮਾਡਲ, 4,90,000 ਰੁਪਏ ਡਿਮਾਂਡ ਦੇ ਸਕਦੇ ਕੰਡੀਸ਼ਨ। ਅਗਲੇ ਬੰਨੇ ਫਿਰ 44 ਆ ਗਿਆ ਪਾਵਰ ਸਟੀਅਰਿੰਗ ਰਿਵਰਸ ਪੀ ਟੀ ਓ, 22 ਮਾਡਲ, 6,20,000 ਰੁਪਏ ਡਿਮਾਂਡ, ਕੰਡੀਸ਼ਨ ਤੁਸੀਂ ਦੇਖ ਸਕਦੇ ਜੀ ਟਰੈਕਟਰ ਦੀ। ਤਾਂ ਫਤਿਆਂਵਾਦ ਹਰਿਆਣਾ ਟਰੈਕਟਰ ਮੰਡੀ ਦਿਨ ਐਤਵਾਰ, ਆਏ ਐਤਵਾਰ ਲੱਗਦੀ ਹੈ ਫਤਿਆਂਵਾਦ ਦੇ ਅੰਦਰ, ਹਰਿਆਣਾ ਸਟੇਟ ਦੇ ਅੰਦਰ। 6,90,000 ਡਿਮਾਂਡ ਹੈ, 21 ਮਾਡਲ ਹੈ, ਸਵਰਾਜ 855 ਰਿਵਰਸ ਪੀ ਟੀ ਓ, ਪਾਵਰ ਸਟੀਅਰਿੰਗ ਟਰੈਕਟਰ ਹੈ, ਸੈਂਟਰ ਗੇਅਰ ਹੈ, ਆਈ ਪੀ ਟੀ ਓ ਦੇ ਨਾਲ ਹੈ, ਠੀਕ ਹੈ। ਸਵਰਾਜ ਦੀ ਰੀਸ ਤਾਂ ਨਹੀਂ ਹੋਈ ਕਿਸੇ ਤੋਂ, ਇਹ ਵੀ ਗੱਲ ਕਹਿਣ ਵਾਲੀ ਆ। ਅਤੇ ਅਗਲੇ ਬੰਨੇ ਫਾਰਮ ਟਰੈਕ ਈ ਪੀ ਆਈ 55 ਐਚ ਪੀ ਦਾ ਟਰੈਕਟਰ, ਇਹਦੀ ਜੇ ਮੈਂ ਗੱਲ ਕਰਾਂ, ਇਹ ਹੈਗਾ ਰੇਟ ਵਗੈਰਾ ਨਹੀਂ ਲਿਖਿਆ, ਬਾਕੀ ਮੰਡੀ 'ਤੇ ਆਓਗੇ ਤੁਸੀਂ, ਹਰ ਇੱਕ ਚੀਜ਼ ਦਾ ਰੇਟ, ਹਰ ਇੱਕ ਚੀਜ਼ ਦੀ ਕਮੀ ਉੱਥੇ ਤੁਹਾਨੂੰ ਪਤਾ ਲੱਗੇਗੀ, ਕਮੀ ਵੀ ਲੱਗੇਗੀ, ਚੀਜ਼ 'ਚ ਵਧੀਆ ਕੀ ਆ ਉਹ ਵੀ ਤੁਹਾਨੂੰ ਪਤਾ ਲੱਗੇਗਾ। ਮੰਡੀ ਜਾਣ ਕੇ ਟਰਾਇਲ ਲਏ ਤੋਂ ਬਾਅਦ, ਜਿਵੇਂ ਆਹ ਟਰਾਇਲ 'ਤੇ ਚੱਲਿਆ ਟਰੈਕਟਰ, ਹੁਣ ਸਟਾਰਟ ਕੀਤਾ ਚੱਲਿਆ, ਤਾਂ ਵੀਡੀਓ ਨੂੰ ਸ਼ੇਅਰ ਕਰਿਆ, ਧੰਨਵਾਦ।